ਇਮੀਗ੍ਰੇਸ਼ਨ ਗੁਰੂ ਦੇ ਚ ਤੁਹਾਡਾ ਸਵਾਗਤ ਹੈ ਜੀ ਮੈਂ ਸਿਮਰਤ ਗਰੇਵਾਲ ਮੈਨੂੰ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੁਹਾਡੇ ਲਈ ਇਮੀਗ੍ਰੇਸ਼ਨ ਦੀਆਂ ਨਵੀਆਂ ਅਪਡੇਟਸ ਲੈ ਕੇ ਹਾਜ਼ਰ ਹੋਏ ਹਾਂ ਅੱਜ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਆਈਸੀਸੀ ਇਮੀਗ੍ਰੇਸ਼ਨ ਤੋਂ ਮਨੋ ਦਿੱਤਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਪੁੱਛਦੇ ਆ ਕਿ ਕੀ ਨਵੀਆਂ ਅਪਡੇਟਸ ਨੇ ਇਮੀਗ੍ਰੇਸ਼ਨ ਦੇ ਵਿੱਚ ਮਨੋਜੀ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਥੈਂਕ ਯੂ ਸਿਮਰਤ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਵੀਵਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮ ਡੀ ਮਨੋਦਰਤਨ ਆਰ ਡੀ ਰਿਪੁਤਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਐਂਡ ਆਦਾਬ ਐਂਡ ਥੈਂਕ ਯੂ ਵੈਰੀ ਮਚ ਸਿਮਰਜੀ ਪਰ ਹੈ ਮੈਂਗਾ ਸੋਨਰ ਜੀ ਥੈਂਕ ਯੂ ਸਰ ਤੁਹਾਡਾ ਸੂਰੇ ਵਿੱਚ ਆਉਣ ਲਈ ਅੱਛਾ ਇੱਥੋਂ ਆਪਾਂ ਸ਼ੁਰੂ ਕਰਦੇ ਹਾਂ ਜਿਹੜਾ ਕਾਫੀ ਆਪਾਂ ਪਿਛਲੇ ਉਹਦੇ ਚ ਵੀ ਗੱਲ ਕੀਤੀ ਸੀ ਵੀ ਜਿਹੜਾ ਐਕਸਪ੍ਰੈਸ ਐਂਟਰੀ ਦੇ ਡਰਾ ਬਾਰੇ ਤੇ ਹੁਣ ਇੱਕ ਨਵਾਂ ਜਿਹੜਾ ਡਰਾ ਆਇਆ ਉਹਦੇ ਤੋਂ ਆਪਾਂ ਸ਼ੁਰੂ ਕਰਦੇ ਹਾਂ ਉਹਦੇ ਵਿੱਚ ਕੀ ਅਪਡੇਟਸ ਨੇ ਬਿਲਕੁਲ ਸਮਰਤ ਜੀ ਪਿਛਲਾ ਡਰਾ ਜਿਹੜਾ ਫਰਸਟ ਜਨਵਰੀ ਦੇ ਵਿੱਚ ਆਇਆ ਸੀਗਾ 11 ਜਨਵਰੀ ਨੂੰ ਆਊਟ ਹੋਇਆ ਸੀਗਾ ਉਹ 507 ਪੁਆਇੰਟਸ ਤੇ ਕੱਟ ਆਫ ਤੇ ਗਿਆ ਸੀ ਕੱਲ ਜਿਹੜਾ 18 ਜਨਵਰੀ ਨੂੰ ਡਰਾ ਆਇਆ ਉਹ 490 ਪੁਆਇੰਟ ਦੇ ਕੱਟ ਆਫ ਤੇ ਗਿਆ ਠੀਕ ਹੈ ਜੀ ਕਾਫੀ ਸੋ 17 ਪੁਆਇੰਟ ਦਾ ਕਟੇ ਹੈਗੇ ਨੇ ਐਂਡ 5500 ਇਨਵੀਟੇਸ਼ਨ ਪਹਿਲੇ ਡਰਾ ਦੇ ਵਿੱਚ ਦਿੱਤੇ ਗਏ ਸੀ 5500 ਜੋ ਚਾਇਆ 5500 ਇਨਵੀਟੇਸ਼ਨ ਇਸ ਡਰਾ ਦੇ ਵਿੱਚ ਦਿੱਤੇ ਗਏ ਨੇ ਸੋ 11000 ਇਨਵੀਟੇਸ਼ਨ ਹਮਮ ਐਸਮੀ ਨੇ ਦਿੱਤੇ ਜਾ ਚੁੱਕੇ ਨੇ ਠੀਕ ਹੈ ਸੋ ਐਂਡ ਗਵਰਨਮੈਂਟ ਐਸ ਟਾਈਮ ਤੇ ਕਾਫੀ ਐਗਰੈਸਿਵਲੀ ਚਾਹੁੰਦੀ ਹੈ ਜੀ ਇਮੀਗ੍ਰੈਂਟਸ ਨੂੰ ਲੈ ਕੇ ਆਣਾ ਬਿਕੋਜ਼ ਇਸ ਸਾਲ ਦਾ ਟਾਰਗੇਟ ਵੀ ਜਿਹੜਾ ਹੈਗਾ 465000 ਦਾ ਟਾਰਗੇਟ ਹੈਗਾ ਐਂਡ ਪਿਛਲਾ ਜਿਹੜਾ ਟਾਰਗੇਟ ਸੀਗਾ 431000 ਦਾ ਉਹ 437000 ਇਮੀਗ੍ਰੈਂਟਸ ਲੈਂਡ ਕੀਤੇ ਨੇ ਸਿਮਰਤ ਜੀ ਇੱਕ ਹੋਰ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜੀ ਬਿਕੋਜ਼ ਗਵਰਨਮੈਂਟ ਐਸ ਟਾਈਮ ਫੋਕਸ ਕਿਉਂ ਹੈ ਜੀ ਹਮਮ ਪਹਿਲੇ ਕੀ ਹੁੰਦਾ ਸੀਗਾ ਕਿ ਹਰ ਜਿਹੜਾ ਵੀ ਬੰਦਾ ਰਿਟਾਇਰ ਹੋਣ ਲੱਗਦਾ ਸੀ ਕੈਨੇਡੀਅਨ ਐਸ ਸਿਟੀਜ਼ਨ ਜਾਂ ਕ੍ਰੀਨੀਅਨ ਪਰਮਨੈਂਟ ਰੈਜ਼ੀਡੈਂਟ ਜਦੋਂ ਰਿਟਾਇਰ ਹੋਣ ਲੱਗਦੇ ਸੀ ਤੇ ਸੱਤ ਬੰਦੇ ਉਹਨਾਂ ਨੂੰ ਰਿਪਲੇਸ ਕਰਨ ਵਾਸਤੇ ਵਰਕਫੋਰਸ ਦੇ ਵਿੱਚ ਹੁੰਦੇ ਸੀ ਅੱਜ ਦੇ ਵਿੱਚ ਉਹ ਟ੍ਰੈਜੈਕਟਰੀ ਥੱਲੇ ਨੂੰ ਜਾ ਰਹੀ ਹੈਗੀ ਅੱਜ ਹਰ ਰਿਟਾਇਰੀ ਦੇ ਪਿੱਛੇ ਸਿਰਫ ਤਿੰਨ ਵਰਕਰਸ ਹੈਗੇ ਨੇ ਐਂਡ ਜਿਸ ਤਰ੍ਹਾਂ ਇਹ ਟ੍ਰੈਜੈਕਟਰੀ ਥੱਲੇ ਜਾ ਰਹੀ ਹੈ ਆਉਣ ਵਾਲੇ 7-8 ਸਾਲਾਂ ਦੇ ਵਿੱਚ ਲੱਗਦਾ ਕਿ ਡੇਢ ਜਾਂ 2 ਸਿਰਫ ਵਰਕਰਸ ਰਹਿ ਜਾਣਗੇ ਹਰ ਰਿਟਾਇਰੀ ਪਿੱਛੇ ਵਿਚ ਇਸ ਵਿਲ ਬੀ ਅ ਵੈਰੀ ਅਲਰਮਿੰਗ ਐਂਡ ਗਵਰਨਮੈਂਟ ਉਹਨੂੰ ਖਤਮ ਕਰਨਾ ਚਾਹੁੰਦੀ ਹੈ ਐਸੇ ਕਰਕੇ ਗਵਰਨਮੈਂਟ ਇਨਾ ਫੋਕਸਡ ਹੈਗੀ ਹੈ ਬਿਕਾਜ਼ ਅਗਲੇ 2030 ਤੱਕ 2030 ਤੱਕ 2023 ਦੇ ਵਿੱਚ ਆ ਗਏ ਹਾਂ 2030 ਤੱਕ ਸਾਡੀ 25% ਪੋਪੂਲੇਸ਼ਨ ਪੋਪੂਲੇਸ਼ਨ ਰਿਟਾਇਰ ਹੋ ਰਹੀ ਹੈ ਸੋ ਦੈਟ ਮੀਨਸ 9 ਮਿਲੀਅਨ ਦੇ ਆਸਪਾਸ ਰਿਟਾਇਰਮੈਂਟਸ ਡਿਊ ਹੈਗੀਆਂ ਸੋ ਉਹਨਾਂ ਨੂੰ ਆਫਸੈਟ ਕਰਨਾ ਸਾਡੇ ਵਾਸਤੇ ਕੈਨੇਡੀਅਨ ਇਮੀਗ੍ਰੇਸ਼ਨ ਵਾਸਤੇ ਬਹੁਤ ਜ਼ਰੂਰੀ ਹੋਏਗਾ ਸਮਝ ਜਿਓ ਅੱਛਾ ਆਪਾਂ ਵਿਜ਼ਟਰ ਦੀ ਆਮ ਹੀ ਗੱਲ ਕਰਦੇ ਹੁੰਦੇ ਆ ਜਿਹੜੇ ਇੱਥੇ ਵਿਜ਼ਟਰ ਆਉਂਦੇ ਨੇ ਫਿਰ ਉਹ ਵਰਕ ਪਰਮਿਟ ਲਈ ਅਪਲਾਈ ਕਰਦੇ ਨੇ ਉਹਦੇ ਕਿਉਂਕਿ ਕਾਫੀ ਇਹਦੇ ਤੇ ਜਿਹੜੀ ਗੱਲਬਾਤ ਹੁੰਦੀ ਹੈ ਇਹ ਵੀ ਹੁਣ ਅੱਜਕੱਲ ਨਵੀਂ ਜਿਹੜੀ ਅਪਡੇਟ ਲੱਗ ਰਹੀ ਆ ਰਹੀ ਹੈ ਵੀ ਜਿਹੜੀ ਪਬਲਿਕ ਪਾਲਿਸੀ ਦੇ ਵਿੱਚ ਵੀ ਕੋਈ ਚੇਂਜਸ ਆ ਰਹੀਆਂ ਨੇ ਕਿਉਂਕਿ ਬਿਨਾਂ ਸ਼ੱਕ ਪਿਛਲੇ ਸਮੇਂ ਦੇ ਵਿੱਚ ਰਿਫਿਊਜ਼ਲ ਵੀ ਕਾਫੀ ਦੇਖਣ ਨੂੰ ਮਿਲੇ ਨੇ ਸੋ ਉਹਦੇ ਤੇ ਵੀ ਆਪਣੇ ਦਰਸ਼ਕਾਂ ਨੂੰ ਥੋੜਾ ਜਿਹਾ ਚਾਣਨਾ ਪਾਓ ਬਿਲਕੁਲ ਸਮਰਤ ਜੀ ਸਭ ਤੋਂ ਪਹਿਲਾਂ ਤਾਂ ਪਬਲਿਕ ਪਾਲਿਸੀ ਜਿਹੜੀ ਹੈਗੀ ਹੈ ਆਸੀ ਪਬਲਿਕ ਪਾਲਿਸੀ ਦੀ ਉਸ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਵਿਜ਼ਿਟਰ ਆ ਕੇ ਵਰਕ ਪਰਮਿਟ ਕੈਨੇਡਾ ਦੇ ਵਿੱਚ ਲੈ ਰਹੇ ਨੇ ਹਾਂਜੀ ਸੋ ਆ ਪਬਲਿਕ ਪਾਲਿਸੀ ਦੇ ਤਹਿਤ ਬਹੁਤ ਸਾਰੇ ਐਪਲੀਕੈਂਟਸ ਨੇ ਫਾਇਦਾ ਲਿੱਤਾ ਹੈਗਾ ਐਂਡ ਐਸ ਟਾਈਮ ਤੇ ਤੇ باوجود ਇਸ ਟਾਈਮ 9.5 ਲੱਖ ਦੇ ਆਸ-ਪਾਸ ਵੈਕੈਂਸੀਜ਼ ਐਗਜ਼ਿਸਟ ਕਰਨੀਆਂ ਪਈਆਂ ਸੋ ਵਰਕਰਸ ਕੈਨੇਡੀਅਨ ਏਮਪਲॉयर्स ਨੂੰ ਚਾਹੀਦੇ ਨੇ ਕੱਲਾ ਜੀਟੀਏ ਨੂੰ ਛੱਡ ਦੀਏ ਗ੍ਰੇਟਰ ਵੈਂਕੂਵਰ ਨੂੰ ਛੱਡ ਦੀਏ ਬਾਕੀ ਜਗ੍ਹਾ ਤੁਸੀਂ ਚਲੇ ਜਾਓ ਬਿਜ਼ਨਸ ਦੇ ਕਾਲ ਦੇ ਆਰ ਸ਼ਾਰਟ ਸਟਾਫਡ ਉਹਨਾਂ ਕੋਲ ਵਰਕਰਸ ਹੀ ਨਹੀਂ ਹੈਗੇ ਉਹਨਾਂ ਦੇ ਵਰਕਰ ਜਿਹੜੇ ਕੰਮ ਕਰ ਰਹੇ ਨੇ ਉਹ ਇਸ ਤਰ੍ਹਾਂ ਵਿਚਾਰੇ ਥਕੇ ਹੋਏ ਨੇ बिकॉज ਉਹ ਐਨੀ ਲੰਬੀ ਲੰਮੀ ਸ਼ਿਫਟ ਕਰ ਰਹੇ ਨੇ ਉਸ ਤੋਂ ਬਾਅਦ ਵੀ ਉਹ ਪੂਰਾ ਨਹੀਂ ਪੈ ਰਿਹਾ ਉਹਨਾਂ ਦੇ ਕੋਲ ਸੋ ਅੱਜ ਦੀ ਤਰੀਕ ਦੇ ਵਿੱਚ ਵਿਜ਼ਟਰ ਟੂ ਵਰਕ ਪਰਮਿਟ ਵਾਲੀ ਪਬਲਿਕ ਪਾਲਿਸੀ 28 ਫਰਵਰੀ ਤੱਕ ਐਗਜ਼ਿਸਟ ਕਰ ਰਹੀ ਹੈ ਸੋ ਜਿੰਨੇ ਵੀ ਐਪਲੀਕੈਂਟਸ ਸਿਸਟਮ ਕੈਨੇਡਾ ਦੇ ਵਿੱਚ ਹੈਗੇ ਹੋ ਜੇ ਤੁਸੀਂ ਵਿਜ਼ਟਰ ਕੈਨੇਡਾ ਦੇ ਵਿੱਚ ਆਏ ਹੈਗੇ ਹੋ ਸ ਆਪਰਚੂਨਿਟੀ ਦਾ ਫਾਇਦਾ ਜ਼ਰੂਰ ਲੋ ਤਾਂ ਕਿ ਤੁਸੀਂ ਕੁਆਲੀਫਾਈ ਕਰ ਸਕੋ ਪੀਐਨਪੀਆਂ ਵਾਸਤੇ ਸਿਮਰਤ ਜੀ ਜਦੋਂ ਤੁਸੀਂ 30 ਕ੍ਰਾਸ ਕਰ ਗਏ ਤੁਹਾਡੇ ਕੋਲ ਐਜੂਕੇਸ਼ਨ ਘੱਟ ਹੈਗੀ ਹੈ ਜਾਂ ਨਹੀਂ ਹੈਗੀ ਐਸਿਰਫ ਗ੍ਰੇਡ 12 ਕੀਤਾ ਹੋਇਆ ਆਇਲੈਂਡ ਦੇ ਵਿੱਚ ਸਿਰਫ ਪੰਜ ਬੈਂਡ ਹੈਗੇ ਨੇ ਤੇ ਤੁਸੀਂ ਪੀਆਰ ਵਾਸਤੇ ਕੁਆਲੀਫਾਈ ਨਹੀਂ ਹੁੰਦੇ ਐਕਸਪ੍ਰੈਸ ਐਂਟਰੀ ਦੇ ਵਿੱਚ ਤੇ ਤੁਹਾਡੇ ਉਹਨੇ ਪੁਆਇੰਟਸ ਹੀ ਨਹੀਂ ਬੰਦੇ ਪੀਐਨਪੀ ਜੇ 온ਟਾਰੀਓ ਦੀ ਗੱਲ ਕਰੋਗੇ 온ਟਾਰੀਓ ਦੇ ਪੁਆਇੰਟਸ ਉਸ ਤਰ੍ਹਾਂ ਤੁਸੀਂ ਮੀਟ ਨਹੀਂ ਕਰਦੇ ਹਰ ਓਕਿਊਪੇਸ਼ਨ ਨਹੀਂ ਮੀਟ ਕਰਦਾ ਬਿਕੋਜ਼ ਇੱਥੇ ਓਕਿਊਪੇਸ਼ਨ ਸਪੈਸਿਫਿਕ ਡਰਾਸ ਵੀ ਹੈਗੇ ਨੇ ਪੁਆਇੰਟਸ ਦੇ ਬ ਅਪਲੀਕੈਂਟਸ ਜੇ ਬਾਹਰ ਛੋਟੇ ਸੂਬਿਆਂ ਦੇ ਵਿੱਚ ਮੂਵ ਹੁੰਦੇ ਨੇ ਉਹਦਾ ਐਡਵਾਂਟੇਜ ਹੈਗਾ ਉਹਨਾਂ ਨੂੰ ਸੋ ਉੱਥੇ ਜਾ ਕੇ ਉਹਨਾਂ ਚੀਜ਼ ਦਾ ਫਾਇਦਾ ਲੈ ਸਕਦੇ ਨੇ ਸੋ ਐਸ ਟਾਈਮ ਤੇ ਜਿੰਨੇ ਵੀ ਵਿਜ਼ਟਰ ਆਏ ਨੇ ਦੇ ਸ਼ੁੱਡ ਬੀ ਲੁਕਿੰਗ ਐਟ ਦਿਸ ਪਬਲਿਕ ਪਾਲਿਸੀ ਉਹਦਾ ਫਾਇਦਾ ਲੈਣ 28 ਫਰਵਰੀ ਤੋਂ ਪਹਿਲਾਂ ਜਦ ਤੱਕ ਇਹ ਪਾਲਿਸੀ ਐਕਸਟੈਂਡ ਨਹੀਂ ਹੁੰਦੀ ਤਾਂ ਤੱਕ ਮੈਂ ਕਹਿਣਾ ਨਹੀਂ ਹੈਗਾ ਐਜ਼ ਆਫ ਟੂਡੇ ਸਿਰਫ 28 ਫਰਵਰੀ ਤੱਕ ਇਹ ਪਾਲਿਸੀ ਹੈਗੀ ਸੋ ਜਿੰਨੇ ਵੀ ਵਿਜ਼ਟਰ ਰਗੇ ਨੇ ਇਹਦਾ ਫਾਇਦਾ ਲੋ ਐਂਡ ਜੇ ਤੁਸੀਂ ਆਪਣੀ ਫੈਮਿਲੀ ਦੇ ਨਾਲ ਪੀਆਰ ਲੈਣਾ ਚਾਹੁੰਦੇ ਹੋ ਦਿਸ ਪ੍ਰੋਬਬਲੀ ਇਜ਼ ਦ ਗੋਲਡਨ ਟਾਈਮ ਟੂ ਡੂ ਥੈਟ ਇਨਫ ਦੇ ਕੋਲ ਜਾ ਸਕਦੇ ਹੋ ਜਾਂ ਆਈਸੀਸੀ ਇਮੀਗ੍ਰੇਸ਼ਨ ਤੇ ਕਾਲ ਕਰਕੇ ਵੀ ਸਾਡੇ ਨਾਲ ਆ ਕੇ ਡਿਸਕਸ ਕਰ ਸਕਦੇ ਹੋ ਐਂਡ ਐਡਵਾਂਟੇਜ ਜਾਣਨਾ ਦਿਓ ਸਿਰਫ ਹੁਣ ਸਿਰਫ 40 ਦਿਨ ਦੀ ਗੱਲ ਰਹਿ ਗਈ ਹੈ ਬਿਕੋਜ਼ ਅੱਜ 19 19 ਜਨਵਰੀ 19 ਜਨਵਰੀ ਹੋ ਗਈ ਹੈ ਸੋ ਸਿਰਫ 40 ਦਿਨ ਹੋਰ ਹੈਗੇ ਨੇ ਇਸ ਪਬਲਿਕ ਪਾਲਿਸੀ ਨੂੰ ਐਕਸਟੈਂਡ ਹੋ ਜੇ ਹੋਏਗੀ ਤਾਂ ਦੱਸਾਂਗੇ ਬਟ ਐਜ਼ ਆਫ ਟੁਡੇ 40 ਦਿਨ ਦਾ ਫਾਇਦਾ ਲਓ ਜੀ ਬਿਲਕੁਲ ਜੀ ਜਿਵੇਂ ਮਾਨੂੰ ਦੱਤਾ ਹਣਾ ਦੱਸਿਆ ਵੀ ਜਿਹੜੀ ਪਬਲਿਕ ਪਾਲਿਸੀ ਆ ਵਿਜ਼ਟਰ ਸੰਬੰਧੀ ਉਹਦਾ ਜ਼ਰੂਰ ਤੁਸੀਂ ਫਾਇਦਾ ਲਾਓ ਅੱਛਾ ਮਨੋਜੀ ਕਿਉਂਕਿ 2023 ਦਾ ਹੁਣ ਆਲਮੋਸਟ ਪਹਿਲੇ ਮਹੀਨੇ ਦਾ ਤਕਰੀਬਨ ਅੱਧਾ ਮਹੀਨਾ ਨਿਕਲ ਚੁੱਕਾ ਹੈ ਜਨਵਰੀ ਦਾ ਸੋ ਇਹ ਸਾਲ ਦੇ ਵਿੱਚ ਕਿਉਂਕਿ ਬਹੁਤ ਸਾਰੇ ਇਮੀਗ੍ਰੇਸ਼ਨ ਦੇ ਵਿੱਚ ਕੈਟਾਗਰੀਜ਼ ਨੇ ਓਕਿਪੇਸ਼ਨਲ ਜਿਹੜੀਆਂ ਕੈਟਾਗਰੀਜ਼ ਨੇ ਉਹ ਆਪਣਾ ਸਥਾਨ ਰੱਖਦੀਆਂ ਨੇ ਸੋ ਇਹ 2023 ਦੇ ਵਿੱਚ ਇਹਦੇ ਵਿੱਚ ਕੀ ਅਪਡੇਟਸ ਤੁਹਾਨੂੰ ਲੱਗਦੀਆਂ ਵੀ ਹੋ ਸਕਦੀਆਂ ਨੇ ਸਿਮਰਤ ਜੀ ਫੈਬਰੂਰੀ ਔਨਵਰਡਸ ਓਕਿਪੇਸ਼ਨ ਸਪੈਸਿਫਿਕ ਡਰਾਅ ਸ਼ੁਰੂ ਹੋਣ ਵਾਲੇ ਨੇ ਸੋ ਉਹ ਓਕਿਪੇਸ਼ਨਸ ਟਾਰਗੇਟ ਕਿਤੇ ਜਾਣਗੇ ਜਿਨ੍ਹਾਂ ਦੀ ਪ੍ਰੋਵਿੰਸਿਸ ਦੀ ਲੋਡ ਹੈਗੀ ਹੈ ਇਹਦੇ ਵਿੱਚ ਕੁਝ ਓਕਿਪੇਸ਼ਨਸ ਬੜੇ ਖਾਸ ਹੈਗੇ ਨੇ ਜਿਸ ਤਰ੍ਹਾਂ ਹੈਲਥ ਕੇਅਰ ਦੇ ਵਿੱਚ ਜਿੰਨੇ ਵੀ ਡਾਕਟਰਸ ਹੈਗੇ ਨੇ ਫਿਜ਼ੀਸ਼ੀయన్స్ ਹੈਗੇ ਨੇ ਡੈਂਟਿਸਟ ਹੈਗੇ ਨੇ ਫਿਜ਼ዮਥੈਰਾਪਿਸਟ ਹੈਗੀਆਂ ਨੇ ਨਰਸਸ ਹੈਗੀਆਂ ਉਹ ਓਕੂਪੇਸ਼ਨਸ ਨੂੰ ਸੋਨੋਗ੍ਰਾਫਰਸ ਨੂੰ ਰੇਡੀਓਲੋਜਿਸਟ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਸੋ ਉਹਨਾਂ ਦਾ ਸਕੋਰ ਥੱਲੇ ਵੀ ਹੈਗਾ ਤਾਂ ਵੀ ਉਹਨਾਂ ਦੇ ਪਿਕ ਹੋਣ ਦੇ ਚਾਂਸਸ ਬਹੁਤ ਵਧੀਆ ਹੈਗੇ ਨੇ ਸੋ ਜਿੰਨੇ ਵੀ ਡਾਕਟਰਸ ਹੈਗੇ ਨੇ ਜਿੰਨੇ ਵੀ ਫਿਜ਼ੀਸ਼ੀਅਨਸ ਹੈਗੇ ਨੇ ਹੈਲਥ케ਅਰ ਵਰਕਰਸ ਹੈਗੇ ਨੇ ਉਹਨਾਂ ਨੂੰ ਇਕুই ਰეკਮੈਂਡੇਸ਼ਨ ḍੂ ਕ੍ਰੀਏਟ ਯੋਰ ਪ੍ਰੋਫਾਈਲ ਦੂਸਰੀ ਚੀਜ਼ ਆਈਟੀ ਸੌਫਟਵੇਅਰ ਵਾਲਿਆਂ ਵਾਸਤੇ ਵੀ ਸਿਮਰਤ ਜੀ ਸੇਮ ਕਿ ਉਹਨਾਂ ਨੂੰ ਇਸ ਟਾਈਮ ਤੇ ਟਾਰਗੇਟ ਕੀਤਾ ਜਾ ਰਿਹਾ ਹੈ ਆਈਟੀਸ ਤੋਂ ਹੈਗੇ ਉਹ ਸੌਫਟਵੇਅਰ ਤੋਂ ਹੈਗੇ ਉਹ ਸੋ ਤੁਹਾਡੇ ਵਾਸਤੇ ਵੀ ਫੋਕਸ ਹੈਗਾ ਸੋ ਆਪਣਾ ਪ੍ਰੋਫਾਈਲ ਜ਼ਰੂਰ ਕ੍ਰੀਏਟ ਕਰੋ ਤ ਰੀਸੈਂਟਲੀ 온ਟਾਰੀਓ ਪੀਐਨਪੀ ਨੇ ਡਰਾਅਸ ਆਊਟ ਕੀਤੇ ਨੇ ਸਿਮਰਤ ਜੀ ਬੜੇ ਘੱਟ ਡਰਾਅ ਦੇ ਉੱਤੇ ਆਕਿਊਪੇਸ਼ਨਸ ਪਿਕ ਹੋਏ ਨੇ ਕਾਰਪੈਂਟਰਸ ਪਲੰਬਰਸ ਇਲੈਕਟ੍ਰੀਸ਼ੀਅਨਸ ਵੈਲਡਰਸ ਕੰਕਰੀਟ ਫਿਨਿਸ਼ਰਸ ਗਲੇਜ਼ਰਸ ਤੁਸੀਂ ਹਰ ਮਿਲ ਰਾਈਟ ਵਰਕਰ ਸੀਐਨਸੀ ਪ੍ਰੋਗਰਾਮਰਸ ਮਸ਼ੀਨਿਸਟ ਆਟੋ ਮੈਕੈਨਿਕਸ ਡੀਜ਼ਲ ਮੈਕੈਨਿਕਸ ਹਰ ਟ੍ਰੇਡ ਪਿਕ ਹੋਇਆ तकरीबन ਐਂਡ 335 336 ਦੇ ਸਕੋਰ ਦੇ ਉੱਤੇ ਪਿਕ ਹੋਏ ਨੇ ਉਹਨਾਂ ਨੂੰ ਐਕਸਪ੍ਰੈਸ਼ਨ ਆਫ ਇੰਟਰਸਟ ਆਇਆ ਹੈ ਸੋ ਜਿੰਨੇ ਵੀ ਤੁਸੀਂ ਟ੍ਰੇਡ ਵਾਲੇ ਹੈਗੇ ਹੋ ਦੋਸਤੋ ਮਿੱਤਰੋ ਤੁਸੀਂ ਕਿਸੇ ਵੀ ਟ੍ਰੇਡ ਦੇ ਵਿੱਚ ਕੰਮ ਕਰਦੇ ਪਿਓ ਮਿਲ ਰਾਈਟ ਹੈਗੇ ਹੋ ਸੀਐਨਸੀ ਪ੍ਰੋਗਰਾਮਰ ਹੈਗੇ ਹੋ ਰੇਡੀਓਲੋਜ ਗਲੇਜ਼ਰ ਹੈਗੇ ਹੋ ਕੰਕਰੀਟ ਫਿਨਿਸ਼ਰਸ ਹੈਗੇ ਹੋ ਸੀਮੈਂਟ ਫਿਨਿਸ਼ਰਸ ਹੈਗੇ ਹੋ ਕਾਰਪੈਂਟਰਸ ਹੈਗੇ ਹੋ ਫਲੋਰਿੰਗ ਦੇ ਵਿੱਚ ਐਕਸਪੀਰੀਅੰਸ ਗਾਇਆ ਆਪਣਾ ਪ੍ਰੋਫਾਈਲ ਜ਼ਰੂਰ ਕ੍ਰੀਏਟ ਕਰੋ 336 ਪੁਆਇੰਟਸ ਦੇ ਉੱਤੇ ਵੀਪੀ ਐਪਲੀਕੇਸ਼ਨ ਪਿਕ ਹੋ ਰਹੀਆਂ ਹੈਗੀਆਂ ਸੋ ਇਨਫਰਮੇਸ਼ਨ ਲੈਣ ਵਾਸਤੇ ਆਪਣਾ ਪ੍ਰੋਫਾਈਲ ਕ੍ਰੀਏਟ ਕਰਨ ਵਾਸਤੇ ਕਿਸੇ ਕੰਸਲਟੈਂਟ ਲੌਰਨਲ ਬੈਠੋ ਐਂਡ ਅੱਜ ਦੀ ਤਰੀਕ ਦੇ ਵਿੱਚ ਸਿਮਰਤ ਜੀ ਸਭ ਤੋਂ ਇੰਪੋਰਟੈਂਟ ਇੱਕ ਗੁਸਲਾ ਜਿਸ ਵੀ ਓਕੂਪੇਸ਼ਨ ਦੇ ਵਿੱਚ ਹੈਗੀ ਆਪਣਾ ਪ੍ਰੋਫਾਈਲ ਜ਼ਰੂਰ ਕ੍ਰੀਏਟ ਕਰੋ ਯੂ ਮਾਈਟ ਬੀ ਦ ਲੱਕੀ ਬਨ ਜਿਹੜਾ ਬਿਨਾ ਜੋਬ ਆਫਰ ਦੇ ਤੁਸੀਂ ਐਪਲੀਕੇਸ਼ਨ ਤੁਹਾਡੀ ਪਿਕ ਹੋ ਜਾਵੇ ਦੇਖੋ ਜੀ ਬਿਲਕੁਲ ਜੀ ਆ ਤੁਸੀਂ ਦੇਖ ਰਹੇ ਹੋ ਇਮੀਗ੍ਰੇਸ਼ਨ ਦੇ ਗੁਰੂ ਮੇਰੇ ਨਾਲ ਅੱਜ ਸਟੂਡੀਓ ਵਿੱਚ ਹਾਜ਼ਰ ਨੇ ਆਈਸੀਸੀ ਇਮੀਗ੍ਰੇਸ਼ਨ ਤੋਂ ਮਨੋ দত্ত ਜੀ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਇਮੀਗ੍ਰੇਸ਼ਨ ਦੀਆਂ ਨਵੀਆਂ ਅਪਡੇਟਸ ਦੇ ਸਬੰਧੀ ਅੱਛਾ ਮਨੋ ਜੀ ਇੱਕ ਦੋ ਹੋਰ ਕੈਟਾਗਰੀਜ਼ ਆਪਾਂ ਜਿਹਨਾਂ ਤੇ ਗੱਲ ਤੁਸੀਂ ਜ਼ਰੂਰ ਕਰਿਓ ਇੱਕ ਤਾਂ ਸਪਾਊਸਲ ਕੈਟਾਗਰੀ ਉਹਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦਿਓ ਸਿਮਰਤ ਜੀ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵੈਬਸਾਈਟ ਦੇ ਹਿਸਾਬ ਦੇ ਨਾਲ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਸਪਾਊਸਲ ਦਾ ਠੀਕ ਹੈ ਵਿਦਨ ਕੈਨੇਡਾ ਟਾਈਮ ਚੱਲ ਰਿਹਾ ਹੈ 14 ਮੰਥਸ ਦਾ ਆਊਟਸਾਈਡ ਟਾਈਮ ਚੱਲ ਰਿਹਾ ਹੈ 18 ਮੰਥਸ ਦਾ ਬਟ ਅੱਜ ਦੀ ਤਰੀਕ ਦੇ ਵਿੱਚ ਇੱਕ ਚੀਜ਼ ਹੋਰ ਦੇਖ ਰਹੇ ਹਾਂ ਕਿ ਜਿਹੜੀਆਂ ਐਪਲੀਕੇਸ਼ਨਸ ਅਸੀਂ ਪ੍ਰੋਫੈਸ਼ਨਲੀ ਪੁਟ ਅਪ ਕੀਤੀਆਂ ਸੀਗੀਆਂ ਉਹ 6.5 7 ਮਹੀਨਿਆਂ ਦੇ ਵਿੱਚ ਦੇ ਆਰ ਗੇਟਿੰਗ देयर ਪਾਸਪੋਰਟ ਰਿਕੁਐਸਟ ਨਾ ਕਰੋ ਐਂਡ ਇੱਕੋ ਹੀ ਚੀਜ਼ ਕਿ ਆਪਣੀ ਜਦੋਂ ਵੀ ਤੁਸੀਂ ਸਪousal ਐਪਲੀਕੇਸ਼ਨ ਲਗਾਉਣਾ ਚਾਹੁੰਦੇ ਹੋ ਡੂ ਇਟ ਪ੍ਰੋਫੈਸ਼ਨਲੀ ਐਂਡ ਡੂ ਇਟ ਰਾਈਟ ਇਨ ਦਾ ਫਰਸਟ ਟਾਈਮ ਇਨ ਕੇਸ ਇਟਸ ਅ ਫਰਸਟ ਮੈਰਿਜ ਗ੍ਰੇਟ ਸਪਨੇ ਰਿਲੇਸ਼ਨਸ਼ਿਪ ਪ੍ਰੂਫਸ ਰਿਲੇਸ਼ਨਸ਼ਿਪ ਕਿਸ ਤਰ੍ਹਾਂ ਆਨਸੈਟ ਹੋਈ ਕਿਸ ਤਰ੍ਹਾਂ ਸ਼ੁਰੂ ਹੋਈ ਇਜ਼ ਅ ਲਵ ਮੈਰਿਜ ਅਰੇਂਜ ਮੈਰਿਜ ਔਰ ਸਾਰੇ ਡਾਕੂਮੈਂਟਰੀ ਐਵੀਡੈਂਸਸ ਪ੍ਰੂਫਸ ਜ਼ਰੂਰ ਪੋਰਟ ਅਪ ਕਰੋ ਐਂਡ ਜਦੋਂ ਤੁਸੀਂ ਐਪਲੀਕੇਸ਼ਨ ਪੋਰਟ ਅਪ ਕਰਦੇ ਹੋ ਆਪਣੀ ਸਬਮਿਸ਼ਨ ਲੈਟਰ ਦੇ ਵਿੱਚ ਇੱਕ ਇੱਕ ਚੀਜ਼ ਨੂੰ ਹਾਈਲਾਈਟ ਕਰਨਾ ਐਂਡ ਇਨ ਕੇਸ ਇਟਸ ਅ ਸੈਕੰਡ ਮੈਰਿਜ ਤੁਹਾਨੂੰ ਆ ਹਾਈਲਾਈਟ ਕਰਨਾ ਜ਼ਰੂਰੀ ਹੈ ਕਿ ਪਹਿਲੀ ਮੈਰਿਜ ਇਹ ਆ ਮੈਰਿਜ ਇੱਕ ਮੈਰਿਜ ਆਫ ਕਨਵੀਨੀਅੰਸ ਨਹੀਂ ਹੈਗੀ ਕੈਨੇਡਾ ਆਉਣ ਵਾਸਤੇ ਲਿਆਉਣ ਵਾਸਤੇ ਨਹੀਂ ਕੀਤੀ ਗਈ ਸਮ ਹਾਉ ਰਿਲੇਸ਼ਨਸ਼ਿਪ ਵਰਕਆਊਟ ਨਹੀਂ ਹੋਇਆ ਜਿਦੇ ਕਰਕੇ ਸੈਪਰੇਸ਼ਨ ਡੂਇਟ ਰਾਈਟ ਇਨ ਦਾ ਫਰਸਟ ਟਾਈਮ ਐਂਡ ਜੇ ਪ੍ਰੋਫੈਸ਼ਨਲ ਹੈਲਪ ਚਾਹੀਦੀ ਹੈ ਤੇ ਕਿਸੇ ਕੰਸਲਟੈਂਟ ਲਾਅਰ ਦੀ ਸਲਾਹ ਜ਼ਰੂਰ ਲੋ ਬਿਕਾਜ਼ ਇੱਕ ਗਲਤੀ ਵੀ ਕਈ ਵਾਰੀ 6-8 ਮਹੀਨੇ ਐਪਲੀਕੇਸ਼ਨ ਪਿੱਛੇ ਪਾ ਜਾਂਦੀ ਹੈ ਜੀ ਐਂਡ ਬਹੁਤ ਸਾਰੀਆਂ ਐਪਲੀਕੇਸ਼ਨ ਸਿਮਰਜੀ ਇਹੋਰੀ ਵੀ ਆਉਂਦੀਆਂ ਇੱਕ ਰਿਫਿਊਜ਼ਲ ਜਿਹੜੀ ਹੈਗੀ ਉਹ ਇੱਕ 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 ਚੀਜ਼ ਗਲਤੀ ਕਰਕੇ ਰਿਫਿਊਜ਼ਲ ਆ ਜਾਂਦੀ ਹੈਗੀ ਸੋ ਉਹ ਚੀਜ਼ਾਂ ਤੁਹਾਨੂੰ ਤੰਗ ਕਰ ਸਕਦੀਆਂ ਹੈ ਜੀ ਬਿਲਕੁਲ ਮਨੋਜੀ ਤੁਸੀਂ ਜਾਣ ਤੋਂ ਪਹਿਲਾਂ ਆਪਣੀ ਇਨਫੋਰਮੇਸ਼ਨ ਜ਼ਰੂਰ ਸਾਂਝੀ ਕਰੋ ਤਾਂ ਕਿ ਜਿਹੜੇ ਆਪਣੇ ਦਰਸ਼ਕ ਨੇ ਆ ਤੁਹਾਡੇ ਨਾਲ ਸੰਪਰਕ ਕਰ ਸਕਣ ਬਿਲਕੁਲ ਸਿਮਰਤ ਜੀ ਸਾਡਾ ਹੈੱਡ ਆਫਿਸ ਮਿਸਿਸ ਅਗਰ ਦੇ ਵਿੱਚ ਹੈਗਾ ਜੀ 1137 ਡੇਰੀ ਰੋਡ ਐਂਡ ਫੋਨ ਨੰਬਰ ਹੈਗਾ 905 4612424 ਐਂਡ ਈਮੇਲ ਆਈਡੀ ਹੈਗਾ infoinf@iccicimmigration.ca ਖਾਸ ਕਰ ਜਿਹੜੇ ਵਿਜ਼ਟਰ ਇਸ ਟਾਈਮ ਕੈਨੇਡਾ ਦੇ ਵਿੱਚ ਆਏ ਹੋਏ ਨੇ ਥਿਸ ਇਜ਼ ਪ੍ਰੋਬਲੀ ਅ ਗੋਲਡਨ ਟਾਈਮ ਅਗਲੇ 40 ਦਿਨ ਇਹਦਾ ਐਡਵਾਂਟੇਜ ਪਬਲਿਕ ਪਾਲਿਸੀ ਦਾ ਜ਼ਰੂਰ ਲੋ ਜੇ ਤੁਹਾਡੇ ਕੋਲ ਐਲਐਮਆਈ ਹੈਗਾ ੈਂਪਲੋయర్ ਹੈਗਾ ਗ੍ਰੈਬ ਥਿਸ ਓਪਰਚ्युनिटी ਇਸ ਓਪਰਚ्युनिटी ਨਾ ਜਾਣ ਨਾ ਦਿਓ ਐਨਪੀਐਪੀ ਦੇ ਤਹਿਤ ਤੁਹਾਡੀ ਐਜੂਕੇਸ਼ਨ ਘੱਟ ਹੈਗੀਏ ਏਜ ਜ਼ਿਆਦਾ ਹੈਗੀਏ ਲੈਂਗੁਏਜ ਸਕਿਲਸ ਉਸ ਤਰ੍ਹਾਂ ਦੀਆਂ ਨਹੀਂ ਹੈਗੀਆਂ ਤਾਂ ਵੀ ਤੁਸੀਂ ਵਿਦ ਫੈਮਿਲੀ ਪੀਆਰ ਵਾਸਤੇ ਕੁਆਲੀਫਾਈ ਕਰ ਸਕਦੇ ਹੋ ਸੋ ਆਹ ਵੇਟ ਨਾ ਕਰਦੇ ਰੋਕੋ 6-8 ਮਹੀਨੇ ਹੋਰ ਟਰੱਕ ਦਾ ਲਾਇਸੈਂਸ ਲੈ ਲਵਾਂ ਤੇ ਫਿਰ ਮੈਂ ਓਕੂਪੇਸ਼ਨ ਜਿਹੜੀ ਜੌਬ ਤੁਹਾਨੂੰ ਮਿਲਦੀ ਪਈ ਹੈ ਉਹ ਐਂਡ ਜਦੋਂ ਵੀ ਤੁਸੀਂ ਜੌਬ ਲੱਭਣ ਜਾਂਦੇ ਹੋ ਦੇਖਣ ਜਾਂਦੇ ਹੋ EMPLOER ਤੁਹਾਨੂੰ ਜੌਬ ਆਫਰ ਕਰਦਾ ਆ ਦੇਖੋ ਕਿ ਮੈਂ ਟੈਂਪਰੇਰੀ ਗੋਲ ਕਲਾ ਵਰਕ ਪਰਮਿਟ ਲੈਣਾ ਤੁਹਾਡਾ ਗੋਲ ਨਹੀਂ ਹੈਗਾ ਤੁਹਾਡਾ ਗੋਲ ਹੈਗਾ ਤੁਹਾਡੀ ਫੈਮਿਲੀ ਦੇ ਨਾਲ ਪਰਮਨੈਂਟ ਰੈਜ਼ਿਡੈਂਸੀ ਲੈਣਾ ਉਹ ਕਿਸ ਤਰ੍ਹਾਂ ਹੋ ਰਹੀ ਹੈ ਜੇ ਉਹ ਐਸ ਜੌਬ ਤੋਂ ਹੋ ਰਹੀ ਹੈ ਐਸ ਪ੍ਰੋਵਿੰਸ ਦੇ ਵਿੱਚ ਹੋ ਰਹੀ ਹੈ ਐਬਸੋਲੂਟਲੀ ਗੋ ਫਾਰ ਇਟ ਜੇ ਸਿਰਫ ਟੈਂਪਰੇਰੀ ਤੁਹਾਨੂੰ ਵਰਕ ਪਰਮਿਟ ਮਿਲ ਰਿਹਾ ਉਸ ਚੀਜ਼ ਤੋਂ ਦੂਰ ਰੋ ਬਿਕਾਜ਼ ਉਹ ਸਿਰਫ ਟੈਂਪਰੇਰੀ ਤੁਹਾਨੂੰ ਗੇਨ ਬਿਲਕੁਲ ਜੀ ਮਨੋਜੀ ਸਟੋਰੀ ਬੇਚ ஆன்ਲਾਈਨ ਤੇ ਸਾਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਜੀ ਏ ਸੀ ਅੱਜ ਦਾ ਇਮੀਗ੍ਰੇਸ਼ਨ ਗੁਰੂ ਅਗਲੇ ਹਫਤੇ ਫਿਰ ਤੁਹਾਡੇ ਲਈ ਨਵੀਆਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ